ਸੰਗਰੂਰ ਵਿੱਚ ਹੋਏ ਵੱਡੇ ਇਕੱਠ ਨੇ ਬਹੁਤ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ ਪੁਲਿਸ ਪ੍ਰਸ਼ਾਸਨ ਅਤੇ ਜਥੇਬੰਦੀਆਂ ਦੇ ਵਿੱਚ ਇੱਕ ਬਹੁਤ ਵੱਡੀ ਸਹਿਮਤੀ ਹੋਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਭਾਨਾ ਸਿੱਧੂ ਨੂੰ ਆਉਣ ਵਾਲੇ 6 ਦਿਨਾਂ ਦੇ ਵਿੱਚ ਰਿਹਾ ਕਰ ਦਿੱਤਾ ਜਾਵੇਗਾ ਅਤੇ 10 ਤਰੀਕ ਤੱਕ ਭਾਨਾ ਸਿੱਧੂ ਜੇਲ੍ਹ ਤੋਂ ਬਾਹਰ ਹੋਵੇਗਾ ਅਤੇ ਪੁਲਿਸ ਵੱਲੋਂ ਜੋ ਵੀ ਨੌਜਵਾਨ ਧਰਨੇ ਵਿੱਚ ਜਾ ਰਹੇ ਸਨ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਉਹਨਾਂ ਨੂੰ ਵੀ ਨਾਲ ਦੀ ਨਾਲ ਛੱਡਣ ਦਾ ਹੁਕਮ جاری ਕਰ ਦਿੱਤਾ ਗਿਆ ਹੈ ਇਨਾ ਹੀ ਨਹੀਂ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਆਮ ਜਨਤਾ ਦਾ ਇਸਰਨੇ ਵਿੱਚ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ ਵੀ ਪ੍ਰਸ਼ਾਸਨ ਕਰੇਗਾ ਇਨਾ ਹੀ ਨਹੀਂ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਸ਼ਰਤਾਂ ਲਿਖਤੀ ਰੂਪ ਵਿੱਚ ਸਾਡੇ ਸਾਹਮਣੇ ਲਿਆਂਦੀਆਂ ਗਈਆਂ ਨੇ ਅਤੇ ਲੱਖਾ ਸਿਧਾਨਾ ਨੇ ਉਹ ਲਿਖਤੀ ਨੋਟਿਸ ਆਪਣੇ ਹੱਥ ਵਿੱਚ ਫੜ ਕੇ ਆਮ ਜਨਤਾ ਨੂੰ ਇਹ ਦੱਸਿਆ ਕਿ ਉਹਨਾਂ ਦੀ ਜਿੱਤ ਹੋ ਚੁੱਕੀ ਹੈ ਪੁਲਿਸ ਪ੍ਰਸ਼ਾਸਨ ਝੂਠੇ ਪਰਚਿਆਂ ਦੇ ਚਲਦਿਆਂ ਭਾਨੇ ਸਿੱਧੂ ਨੂੰ ਛੱਡਣ ਲਈ ਸਹਿਮਤ ਹੋ ਚੁੱਕਿਆ ਹੈ ਇਹਾ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਤਾਂ ਲਿਆ ਗਿਆ ਕਿਉਂਕਿ ਲੋਕਾਂ ਦਾ ਇਕੱਠ ਬਹੁਤ ਵੱਡੀ ਗਿਣਤੀ ਵਿੱਚ ਸੀ ਅਤੇ ਸਭ ਤੋਂ ਵੱਡੀ ਗੱਲ ਲੱਖਾਂ ਸਿਧਾਨਾ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਨੇ ਇੱਥੇ ਹੁਣ ਪੱਕਾ ਡੇਰਾ ਲਾਉਣਾ ਹੈ ਕਿਉਂਕਿ ਸਾਰੇ ਹੀ ਨੌਜਵਾਨ ਆਪਣਾ ਰਾਸ਼ਨ ਪਾਣੀ ਲੈ ਕੇ ਨਾਲ ਗਏ ਸਨ ਸਵੇਰ ਤੋਂ ਹੀ ਆਮ ਜਨਤਾ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਸਨ ਜਿੱਥੇ ਪ੍ਰਸ਼ਾਸਨ ਉਹਨਾਂ ਦੇ ਨਾਲ ਧੱਕਾ ਕਰ ਰਿਹਾ ਸੀ ਅਤੇ ਕਾਫਲੇ ਰੋਕੇ ਜਾ ਰਹੇ ਸੀ ਪਰ ਫਿਰ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਸੰਗਰੂਰ ਪਹੁੰਚ ਗਏ ਚੇਸ ਤੋਂ ਬਾਅਦ ਇਸ ਕਾਫਲੇ ਨੇ ਚਿੱਤ ਵੀ ਹਾਸਲ ਕਰ ਲਈ ਹੈ ਬਾਕੀ ਤੁਹਾਡਾ ਪੁਲਿਸ ਪ੍ਰਸ਼ਾਸਨ ਅਤੇ ਆਮ ਜਨਤਾ ਬਾਰੇ ਕੀ ਕਹਿਣਾ ਹੈ ਆਪਣੀ ਰਾਈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ